ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ ਚੁਣੇ ਗਏ ਪੰਚਾਂ ਦਾ ਜਿਹੜਾ ਸਹੁੰ ਚੁੱਕ ਸਮਾਗਮ ਸੀਗਾ, ਉਸੇ ਤਰ੍ਹਾਂ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟੇ ਹਾਂ। ਆਪਣੇ ਅੰਮ੍ਰਿਤਸਰ 'ਚੋਂ ਚੁਣੇ 5526 ਪੰਚ ਜਿਹੜੇ ਆ, 850 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ, ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸਹੁੰ ਚੁਕਾਈ ਹੈ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ। ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਕਰਾਂਗੇ ਔਰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ। ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ। ਪ੍ਰੋਗਰਾਮ 'ਚ ਸਾਰੇ ਸਾਡੇ ਰੂਰਲਰ MLA ਸਾਹਿਬਾਨ, ਸਾਡੇ DC ਸਾਹਿਬਾਨ, CP ਸਾਹਿਬਾਨ, SSP ਸਾਹਿਬਾਨ, ਜਿੰਨੇ ਸਾਡੇ ਰੂਰਲ ਡਿਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਉਹ ਸਾਰੇ ਜਿਹੜੇ ਸ਼ਾਮਿਲ ਸੀ, ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ। ਉਹਨਾਂ ਦੇ ਨਾਲ ਕੁਝ ਸਰਪੰਚ ਸਾਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ। ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਹੋਇਆ। ਜਿੱਥੇ ਤੁਹਾਡੇ ਵੱਲੋਂ ਅੱਜ ਮਾਨ ਸਤਿਕਾਰ ਦਿੱਤਾ ਗਿਆ ਮਹਿਲਾਵਾਂ ਨੂੰ, ਉੱਥੇ ਚੰਨੀ ਸਾਬਕਾ ਮੁੱਖ ਮੰਤਰੀ ਵੱਲੋਂ ਜਿਹੜੇ ਉਹ ਸ਼ਬਦਾਵਲੀ ਬੋਲੀ ਗਈ ਪਿਛਲੇ ਦਿਨ ਜੀ? ਨਹੀਂ ਨਹੀਂ, ਵੇਖੋ ਉਹ ਬਹੁਤ ਮਾੜੀ ਗੱਲ ਹੈ। ਮੈਂ ਤਾਂ ਜਦੋਂ ਮਤਲਬ ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਮੇਰੇ ਕੋਲ ਸੀਗਾ, ਮੈਂ ਪੰਜਾਬ ਦੇ ਵਿੱਚ 4 ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ, ਔਰ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ, ਪੰਚ ਸਾਹਿਬਾਨ ਸੀਗੇ, ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹੁੰਦਾ, ਹਰ ਵਾਰ ਬੇਨਤੀ ਕਰਦਾ ਕਿ ਤੁਸੀਂ ਅੱਗੇ ਆਓ। ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ, ਔਰ ਜਿਹੜੀ ਭੱਦੀ ਸ਼ਬਦਾਵਲੀ ਚੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ, ਉਹਦੀ ਨਿੰਦਾ ਕਰਦਾ। ਮੇਰਾ ਖਿਆਲ ਉਹਨਾਂ ਨੂੰ ਔਰਤ ਸਮਾਜ ਕੋ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ, ਉਹਨਾਂ ਨੇ ਬਹੁਤ ਘਟੀਆ ਸ਼ਬਦ ਜਿਹੜੇ ਉਹ ਯੂਜ਼ ਕੀਤੇ। ਕੱਲ ਬਾਈ ਇਲੈਕਸ਼ਨ ਹੈ, ਕੱਲ ਸਾਰੇ ਪੰਜਾਬ ਦੇ ਚਾਰੇ ਹਲਕਿਆਂ ਦੀਆਂ ਵੋਟਾਂ ਪੈਣੀਆਂ। ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਹੈ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ, ਅਤੇ ਆਪ ਦੇ ਉਮੀਦਵਾਰਾਂ ਨੂੰ ਜਿਹੜਾ ਜਿਤਾਉਣਾ ਚਾਹੀਦਾ, ਚਾਹੇ ਥਾਵਾਂ 'ਤੇ ਆਮ ਆਦਮੀ ਪਾਰਟੀ ਜਿੱਤਦੀ। ਉਹ ਦੇਖੋ ਉਹ ਤਾਂ ਉੱਥੇ ਹਾਸਾ ਹੁੰਦਾ ਆਪਾਂ ਨੂੰ, ਦੇਖੋ ਸਾਡਾ ਕੋਈ ਇੱਦਾਂ ਦਾ ਤਲਕ ਵਾਸਤਾ ਨਹੀਂ, ਨਾ ਕੋਈ ਇੱਦਾਂ ਦਾ ਅਸੀਂ ਕੰਮ ਕਰਦੇ ਹਾਂ। ਇਲੈਕਸ਼ਨ ਡੇਰਾ ਬਾਬਾ ਨਾਨਕ ਝੋਰੀ ਆ, 20 ਕਿਲੋਮੀਟਰ ਤੋਂ ਉਹਦਾ ਫਤਿਹਗੜ੍ਹ ਚੂੜੀਆਂ 'ਚ ਕੋਈ, ਮੈਂ ਵੀ ਵੀਡੀਓ ਮੈਨੂੰ ਉਹਨੇ ਕਿਸੇ ਭੇਜੀ, ਉਹ ਮੈਂ ਦੇਖੀ ਹੈ। ਉਹ ਦੇਖੋ ਕਿੱਥੇ ਫਤਿਹਗੜ੍ਹ ਚੂੜੀਆਂ, ਕਿੱਥੇ ਡੇਰਾ ਬਾਬਾ ਨਾਨਕ। ਸਾਡੀ ਪਾਰਟੀ ਦਾ, ਸਾਡੇ ਉਮੀਦਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸੰਬੰਧ ਨਹੀਂ। ਉਹਦਾ ਇਹ ਤਾਂ ਬੜੀ ਹੋਰ ਵੀ ਅਸੋ ਹੀ ਨਹੀਂ ਗੱਲ ਹੈ ਕਿ 3 ਦਿਨ ਅਤੇ 2 ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉੱਥੋਂ, ਉੱਥੇ ਜਿਹੜੀਆਂ 50 ਪੇਟੀਆਂ ਫੜੀਆਂ ਗਈਆਂ, ਸੇਮ ਹੀ ਮਤਲਬ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਗਿਆ। ਇਹ ਕੀ ਹੋਇਆ ਰਾਤ, ਕੀ ਨਹੀਂ ਹੋਇਆ, ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ, ਪੁਲਿਸ ਅਫਸਰ ਅਤੇ ਐਕਸਾਈਜ਼ ਅਫਸਰ ਜਿਹੜੇ ਇਹਦੀ ਜਾਂਚ ਕਰ ਰਹੇ ਆ। ਜੇ ਕੋਈ ਬੰਦਾ, ਪਹਿਲੀ ਗੱਲ ਤਾਂ ਉਹ ਹੈ ਨਹੀਂ, ਕਿਉਂਕਿ ਡੇਰੇ ਬਾਬੇ ਨਾਨਕ ਹਲਕੇ ਦੇ ਵਿੱਚ ਉਹ ਘਟਨਾ ਨਹੀਂ ਹੋਈ, ਫਤਿਹਗੜ੍ਹ ਚੂੜੀਆਂ ਦੀ ਘਟਨਾ। ਜੇ ਕੋਈ ਹੋਊ ਤਾਂ ਆਪੇ ਪੁਲਿਸ ਅਤੇ ਐਕਸਾਈਜ਼ ਵਾਲੇ ਕਾਰਵਾਈ ਕਰ। ਮੈਨੂੰ ਪਤਾ ਨਹੀਂ ਗਿੱਦੜਬਾਹ ਦਾ, ਮੈਂ ਤਾਂ ਇੱਥੇ ਹੀ ਡੇਰੇ 'ਚ ਰਾਤ ਲੇਟ ਆਇਆ, ਗਿੱਦੜਬਾਹ ਵਾਲੀ ਮੈਨੂੰ ਨਹੀਂ ਪਤਾ। ਪਰ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਅਧਿਕਾਰੀ ਉਹਦੇ ਖਿਲਾਫ਼ ਕਾਰਵਾਈ ਕਰਦੇ, ਕਿਸੇ ਨਾਲ ਕੋਈ ਰਾਇ ਦਿਲੀ ਕਰਨ ਦੀ ਕੋਈ ਲੋੜ ਹੀ ਨਹੀਂ। ਕੌਣ ਉਹ ਭਰਾਵਾ, ਮੈਂ ਤਾਂ ਕਦੀ ਪੀਤੀ ਵੀ ਨਹੀਂ।